जहाँ बरकते मिलती हैं, जहाँ बरकते मिलती हैं। आओ खुदावन के घर चले, जहाँ नेमते मिलती हैं, जहाँ नेमते मिलती हैं। आओ खुदावन के घर चले, आओ खुदावन के घर चले। तेरे हजूर यीशु जी मैं आया, तेरे हजूर यीशु जी मैं आया। आनंद शांति पौन नू खाली दिल नू मैं हले आया, खाली दिल नू मैं हले आया। पाक रू दी बरकत पौन नू तेरे हजूर यीशु जी मैं आया, तेरे हजूर यीशु जी मैं आया। शांति पौन नू खाली दिल नू मैं हले आया, खाली दिल नू मैं हले आया। बाप ते बेटे ते रूह पाक दे नाम उत्ते आमीन। साडे प्रभु यीशु मसीह दा फसल, खुदा बाप दा प्रेम, ਰੂਹ ਪਾਕ ਦੇ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਉਸ ਵਿੱਚ ਮੇਰੇ ਪਿਆਰਿਓ, ਅੱਜ ਅਸੀਂ ਰੋਜ਼ਾ ਦਾ ਸਮਾਂ ਚੌਥਾ ਹਫ਼ਤੇ ਵਿੱਚ ਸ਼ੁੱਕਰਵਾਰ ਨੂੰ ਮਨਾਉਂਦੇ ਹਾਂ। ਅੱਜ ਅਸੀਂ ਕੁਰਬਾਨੀ ਮਨਾਉਣ ਦਾ ਸਮਾਂ, ਅਸੀਂ ਖੁਦਾ ਦੀ ਬਰਕਤ ਮੰਗੀਏ। ਅਸੀਂ ਖੁਦਾ ਦੀ ਬਰਕਤਾਂ ਨਾਲ, ਅਸੀਂ ਧਰਮੀ ਪੁੱਤਰ ਅਖਵਾਉਂਦੇ ਹੋਏ
ਪ੍ਰਭੂ ਦੇ ਨਾਲ ਜੁੜੇ ਰਹਿਣ ਦੇ ਲਈ ਅਸੀਂ ਕੋਸ਼ਿਸ਼ ਕਰੀਏ। ਪ੍ਰਭੂ ਅੱਜ ਦੇ ਪਹਿਲੇ ਪਾਠ ਵਿੱਚ ਕਹਿੰਦਾ ਹੈ, ਜੇਕਰ ਧਰਮੀ ਮਨੁੱਖ ਖੁਦਾ ਦਾ ਪੁੱਤਰ ਹੋ ਸਕਦਾ ਹੈ। ਪ੍ਰਭੂ ਸਾਡੇ ਜ਼ਿੰਦਗੀ ਵਿੱਚ ਆਉਣ ਵਾਲੇ ਸਾਰੇ ਦੁੱਖ ਤਸੀਆਂ ਨੂੰ, ਹਰ ਤਰ੍ਹਾਂ ਦੀ ਮੁਸ਼ਕਿਲਾਂ ਨੂੰ ਸਾਡੇ ਤੋਂ ਦੂਰ ਕਰਦਾ ਹੈ। ਅਸੀਂ ਵਿਸ਼ਵਾਸ ਵਿੱਚ ਵਧਣਾ ਚਾਹੀਦਾ ਹੈ। ਅਸੀਂ ਸਾਡੇ ਵਿਸ਼ਵਾਸ ਦੇ ਖਾਤਰ ਅਸੀਂ ਗਵਾਹ ਬਣਨਾ ਹੈ। ਆਓ ਅਸੀਂ ਇਸ ਕੁਰਬਾਨੀ ਵਿੱਚ ਖੁਦਾ ਦੀ ਮਦਦ ਮੰਗੇ, ਤਾਂ ਜੋ ਅਸੀਂ ਇੱਕ ਨੇਕ ਧਰਮੀ ਵਿਅਕਤੀ ਬਣਦੇ ਹੋਏ ਖੁਦਾ ਦੇ ਪਿਆਰ ਨੂੰ ਸੰਪੂਰਨ ਤੌਰ 'ਤੇ ਅਸੀਂ ਅਨੁਭਵ ਕਰ ਸਕੇ। ਇਹ ਰੋਜ਼ਾ ਦਾ ਸਮਾਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਅਸੀਂ ਦੁੱਖ ਤਸੀਏ ਨੂੰ ਚੱਲਣ ਦੇ ਲਈ ਅਸੀਂ ਖੁਦਾ ਦੀ ਬਰਕਤ ਮੰਗੇ। ਅਸੀਂ ਪ੍ਰਭੂ ਯਿਸੂ ਮਸੀਹ ਦੇ ਦੁੱਖ ਤਸੀਆਂ ਨੂੰ ਚੱਲਦੇ ਹੋਏ ਅਸੀਂ ਉਹਨਾਂ ਦੀ ਮਹਿਮਾ ਵਿੱਚ ਵੀ ਸ਼ਾਮਿਲ ਹੋ ਸਕਦਾ ਹੈ। ਆਓ ਅਸੀਂ ਇਹ ਕੁਰਬਾਨੀ ਵਿੱਚ ਸਾਡੇ ਗੁਨਾਹ ਗਲਤੀਆਂ ਨੂੰ ਸ਼ੈਤਾ ਕਰੀਏ ਅਤੇ ਪ੍ਰਭੂ ਦੀ ਕੁਫਾਰਾ ਅਤੇ ਬਰਕਤ ਮੰਗੀਏ। ਪ੍ਰਭੂ ਅਤੇ ਭੈਣੋ, ਇਹਨਾਂ ਪਵਿੱਤਰ ਪੈਦਾਨ ਯੋਗ ਢੰਗ ਨਾਲ ਮਨਾਉਣ ਲਈ ਆਓ ਅਸੀਂ ਆਪਣੇ ਗੁਨਾਹਾਂ ਨੂੰ ਕਬੂਲ ਕਰੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਪ੍ਰਭੂ ਦੇ ਭੈਣੋ, ਕੀ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਨਿਗੇਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਦੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚਾਵੇ। ਆਮੇਨ। ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਏ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ, ਤੂੰ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੇ ਲਈ ਲੋੜ ਦੀ ਮਦਦ ਤਿਆਰ ਕੀਤੀ ਹੈ। ਬਖਸ਼ ਦੇ ਕੇ ਅਸੀਂ ਉਹਨਾਂ ਦਾ ਚੰਗਾ ਕਰਨ ਵਾਲਾ ਅਸਰ ਖੁਸ਼ੀ ਨਾਲ ਹਾਸਿਲ ਕਰ ਸਕੀਏ ਅਤੇ ਨੇਕ ਜੀਵਨ ਰਾਹੀਂ ਉਹਨਾਂ ਨੂੰ ਪ੍ਰਗਟ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਵਨ ਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਦਨਾਈ ਦੀ ਪੁਸਤਕ ਵਿੱਚ ਉਹਦੀ ਦੋ ਬਾਬ ਏਕ ਐ ਅਤੇ 12 ਐ ਤੋਂ 22 ਐ ਤੱਕ ਉਹ ਤਰਖੀਨ ਗੱਲਾਂ ਕਰਦੇ ਹੋਏ ਆਪਣੇ ਆਪ ਵਿੱਚ ਕਹਿੰਦੇ ਹਨ, ਸਾਰੀ ਜ਼ਿੰਦਗੀ ਛੋਟੀ ਅਤੇ ਦੁੱਖ ਭਰੀ ਹੈ ਅਤੇ ਜਦੋਂ ਆਦਮੀ ਆਪਣੇ ਅੰਤ ਨੂੰ ਪਹੁੰਚਦਾ ਹੈ ਤਾਂ ਕੋਈ ਇਲਾਜ ਨਹੀਂ ਅਤੇ ਕਿਸੇ ਨੇ ਕਦੀ ਨਹੀਂ ਸੁਣਿਆ ਕਿ ਕੋਈ ਪਤਾਲ ਵਿੱਚੋਂ ਵਾਪਸ ਆਇਆ ਹੋਵੇ। ਆਓ ਅਸੀਂ ਧਰਮੀ ਆਦਮੀ ਲਈ ਫੰਦੇ ਲਾਈਏ, ਕਿਉਂਕਿ ਉਹ ਸਾਨੂੰ
ਪਰੇਸ਼ਾਨ ਕਰਦਾ ਹੈ ਅਤੇ ਸਾਰੇ ਆਚਰਣ ਦਾ ਵਿਰੋਧ ਕਰਦਾ ਹੈ ਅਤੇ ਵਿਧਾਨ ਨੂੰ ਨਾ ਮਾਰਨ ਕਾਰਨ ਸਾਨੂੰ ਫਿਟਕਾਰਦਾ ਹੈ ਅਤੇ ਸਾਨੂੰ ਦਿੱਤੀ ਸਿੱਖਿਆ ਦੇ ਵਿਰੁੱਧ ਚੱਲਣ ਦਾ ਦੋਸ਼ ਸਾਰੇ ਉੱਤੇ ਲਗਾਉਂਦਾ ਹੈ। ਉਹ ਮੰਨਦਾ ਹੈ ਕਿ ਉਸ ਕੋਲ ਖੁਦਾ ਦਾ ਗਿਆਨ ਹੈ ਅਤੇ ਆਪਣੇ ਆਪ ਨੂੰ ਖੁਦਾਵੰਦ ਦਾ ਦਾਸ ਮੰਨਦਾ ਹੈ। ਉਹ ਸਾਰੇ ਵਿਚਾਰਾਂ ਦੇ ਲਈ ਇਹ ਫਿਟਕਾਰ ਬਣ ਗਿਆ ਹੈ। ਉਸਨੂੰ ਵੇਖਣਾ ਵੀ ਸਾਰੇ ਲਈ ਬੋਝ ਹੈ ਕਿਉਂਕਿ ਉਸਦੇ ਜੀਵਨ ਦਾ ਢੰਗ ਦੂਜਿਆਂ ਨਾਲੋਂ ਵੱਖਰਾ ਹੈ ਅਤੇ ਉਸਦੇ ਰਸਤੇ ਅਜੀਬ ਹਨ। ਉਹ ਸਾਨੂੰ ਘਟੀਆ ਸਮਝਦਾ ਹੈ ਅਤੇ ਉਹ ਸਾਰੇ ਰਾਹਾਂ ਤੋਂ ਵੱਖ ਰਹਿੰਦਾ ਹੈ ਜਿਵੇਂ ਕਿ ਉਹ ਗੰਦੇ ਹੋਣ। ਉਹ ਧਰਮੀਆਂ ਦੇ ਅੰਜਾਮ ਨੂੰ ਮੁਬਾਰਕ ਕਹਿੰਦਾ ਹੈ ਅਤੇ ਫਕਰ ਕਰਦਾ ਹੈ ਕਿ ਖੁਦਾ ਉਸਦਾ ਬਾਪ ਹੈ। ਇਸ ਲਈ ਆਓ ਵੇਖੀਏ ਕਿ ਉਸਦੇ ਬੋਲ ਸੱਚਮੁੱਚ ਸੱਚ ਹਨ ਅਤੇ ਜਾਣੀਏ ਕਿ ਉਸਦੇ ਜੀਵਨ ਦਾ ਅੰਤ ਕਿਹੋ ਜਿਹਾ ਹੋਵੇਗਾ। ਕਿਉਂਕਿ ਜੇਕਰ ਧਰਮੀ ਮਨੁੱਖ ਖੁਦਾ ਦਾ ਪੁੱਤਰ ਹੈ ਤਾਂ ਉਹ ਉਸਦੀ ਮਦਦ ਕਰੇਗਾ ਅਤੇ ਉਸਦੇ ਦੁਸ਼ਮਣਾਂ ਦੇ ਹੱਥੋਂ ਉਸਨੂੰ ਛੁਡਾ ਲਵੇਗਾ। ਇਸ ਲਈ ਬੇਇੱਜ਼ਤੀ ਅਤੇ ਤਸੀਨੇ ਨਾਲ ਉਸਨੂੰ ਪਰਖੀਏ ਕਿ ਅਸੀਂ ਜਾਣ ਜਾਈਏ ਕਿ ਉਹ ਕਿੰਨਾ ਹਲੀਮ ਹੈ ਅਤੇ ਉਸਦਾ ਸਬਰ ਅਜਮਾਇਆ ਜਾਵੇ। ਅਸੀਂ ਉਸਦੇ ਉੱਤੇ ਸਰਵਨਾਕ ਮੌਤ ਦੀ ਸੱਜਾ ਲਾਈਏ ਕਿਉਂਕਿ ਉਸਦੇ ਕਹੇ ਅਨੁਸਾਰ ਉਸਦੀ ਰੱਖਿਆ ਹੋਵੇਗੀ। ਯੂੰ ਹੀ ਸੋਚਣ ਕਾਰਨ ਉਹ ਫਟਕਾਰੇ ਗਏ। ਉਹਨਾਂ ਦੀਆਂ ਬੁਰਿਆਈਆਂ ਨੇ ਉਹਨਾਂ ਨੂੰ ਅੰਨਾ ਕਰ ਦਿੱਤਾ ਅਤੇ ਉਹ ਖੁਦਾ ਦੇ ਗੁਪਤ ਉਪਦੇਸ਼ਾਂ ਤੋਂ ਜਾਣੂ ਨਹੀਂ ਸਨ, ਨਾ ਹੀ ਪਵਿੱਤਰਤਾ ਦੇ ਫਲ ਦੀ ਆਸ ਰੱਖਦੇ ਸਨ, ਨਾ ਹੀ ਨਿਰਦੋਸ਼ ਜਾਨਾਂ ਦੇ ਇਨਾਮ ਦੀ ਸਮਝ ਰੱਖਦੇ ਸਨ। ਇਹ ਪ੍ਰਭੂ ਦੀ ਵਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਖੁਦਾਵੰਦ ਸੱਚਿਆਂ ਲੋਕਾਂ ਤੇ ਆਪ ਨਜ਼ਰ ਕਰਦਾ। ਖੁਦਾਵੰਦ ਸੱਚਿਆਂ ਲੋਕਾਂ ਤੇ ਆਪ ਨਜ਼ਰ ਕਰਦਾ। ਫਰਿਆਦਾਂ ਸੁਣ ਕੇ ਉਹਨਾਂ ਤੇ ਕੰਨ ਆਪਣਾ ਧਰਦਾ। ਫਰਿਆਦਾਂ ਸੁਣ ਕੇ ਉਹਨਾਂ ਤੇ ਕੰਨ ਆਪਣਾ ਧਰਦਾ। ਖੁਦਾਵੰਦ ਸੱਚਿਆਂ ਲੋਕਾਂ ਤੇ ਆਪ ਨਜ਼ਰ ਕਰਦਾ। ਫਰਿਆਦਾਂ ਸੁਣ ਕੇ ਉਹਨਾਂ ਤੇ ਕੰਨ ਆਪਣਾ ਧਰਦਾ।
ਬਦਕਾਰਾਂ ਉੱਤੇ ਗੁੱਸੇ ਹੈ ਚਿਹਰਾ ਖੁਦਾਵੰਦ ਦਾ, 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 ਉਤਰਦੀ ਉੱਤੋਂ ਨਾਦੀ ਹੰਸ ਮਿਟਾਵੇਗਾ, ਉਤਰਦੀ ਉੱਤੋਂ ਨਾਦੀ ਹੰਸ ਮਿਟਾਵੇਗਾ, ਖੁਦਾਵੰਦ ਸੱਚਿਆਂ ਲੋਕਾਂ ਤੇ ਆਪ ਨਜ਼ਰ ਕਰਦਾ, ਵਰਿਆਦਾ ਸੁਣ ਕੇ ਉਹਨਾਂ ਤੇ ਕੰਨ ਆਪਣਾ ਧਰਦਾ, ਖੁਦਾਵੰਦ ਸੱਚਿਆਂ ਲੋਕਾਂ ਤੇ ਆਪ ਨਜ਼ਰ ਕਰਦਾ, ਵਰਿਆਦਾ ਸੁਣ ਕੇ ਉਹਨਾਂ ਤੇ ਕੰਨ ਆਪਣਾ ਧਰਦਾ। ਘਰ ਘਰ ਮੇ ਅੰਜੀਲ ਸੁਣਾਏਗੇ, ਪਿਆਰੇ ਯੇਸੂ ਕਾ ਨਾਮ ਬਤਾਏਗੇ, ਘਰ ਘਰ ਮੇ ਅੰਜੀਲ ਸੁਣਾਏਗੇ, ਪਿਆਰੇ ਯੇਸੂ ਕਾ ਨਾਮ ਬਤਾਏਗੇ, ਐਸਾ ਛੇੜੇਗੇ ਮਿਲ ਕਰ ਤਰਾਨਾ, ਜਾਗ ਉੱਠੇਗਾ ਸਾਰਾ ਜ਼ਮਾਨਾ, ਐਸਾ ਛੇੜੇਂਗੇ ਮਿਲ ਕਰ ਤਰਾਨਾ, ਜਾਗ ਉੱਠੇਗਾ ਸਾਰਾ ਜ਼ਮਾਨਾ, ਭੁੱਲੇ ਭਟਕੋ ਕੋ ਰਾਹ ਪਰ ਲਾਏਗੇ, ਪਿਆਰੇ ਯੇਸੂ ਕਾ ਨਾਮ ਬਤਾਏਗੇ, ਘਰ ਘਰ ਮੇ ਅੰਜੀਲ ਸੁਣਾਏਗੇ, ਪਿਆਰੇ ਯੇਸੂ ਕਾ ਨਾਮ ਬਤਾਏਗੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਧੀ ਹੋਣਾ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਹਦਾ ਸੱਤ ਬਾਪ ਇੱਕ ਆਇਤ ਤੋਂ ਲੈ ਕੇ ਦੋ ਆਇਤ ਤੱਕ ਅਤੇ 25 ਆਇਤ ਤੋਂ ਲੈ ਕੇ 30 ਆਇਤ ਤੱਕ। ਉਸ ਦੇ ਬਾਅਦ ਯੇਸੂ ਗਲੀਲ ਵਿੱਚ ਘੁੰਮਦਾ ਰਿਹਾ, ਉਹ ਯਹੂਦੀਆਂ ਵਿੱਚ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਯਹੂਦੀ ਉਸਨੂੰ ਮਾਰ ਦੇਣ ਲਈ ਉਸ ਦੇ ਪਿੱਛੇ ਪਏ ਹੋਏ ਸਨ। ਯਹੂਦੀਆਂ ਦਾ ਤੰਬੂਆਂ ਦਾ ਤਿਉਹਾਰ ਨੇੜੇ ਸੀ। ਇਸ ਉੱਤੇ ਯਰੂਸ਼ਲੇਮ ਦੇ ਕੁਝ ਲੋਕਾਂ ਨੇ ਕਿਹਾ ਕਿ ਇਹ ਉਹ ਆਦਮੀ ਨਹੀਂ ਹੈ ਜਿਸਨੂੰ ਉਹ ਮਾਰਨ ਦੀ ਕੋਸ਼ਿਸ਼ ਵਿੱਚ ਹਨ, ਪਰ ਵੇਖੋ ਉਹ ਇੱਥੇ ਖੁੱਲ੍ਹੇ ਆਮ ਬੋਲ ਰਿਹਾ ਹੈ ਅਤੇ ਉਹ ਇਸ ਨੂੰ ਕੁਝ ਨਹੀਂ ਕਹਿੰਦੇ ਹਨ। ਕੀ ਹੋ ਸਕਦਾ ਹੈ ਕਿ ਅਧਿਕਾਰੀਆਂ ਨੇ ਸੱਚਮੁੱਚ ਜਾਣ ਲਿਆ ਹੈ ਕਿ ਇਹੋ ਮਸੀਹ ਹੈ, ਫਿਰ ਵੀ ਅਸੀਂ ਜਾਣਦੇ ਹਾਂ ਕਿ ਇਹ ਆਦਮੀ ਕਿੱਥੋਂ ਦਾ ਹੈ, ਪਰ ਜਦੋਂ ਮਸੀਹ ਪ੍ਰਗਟ ਹੋ ਜਾਵੇਗਾ ਕਿਸੇ ਨੂੰ ਵੀ ਇਹ ਪਤਾ ਨਹੀਂ ਹੋਵੇਗਾ ਕਿ ਉਹ ਕਿੱਥੋਂ ਦਾ ਹੈ।
ਤਦ ਯੇਸੂ ਨੇ ਹੇਕਲ ਵਿੱਚ ਸਿੱਕਿਆ ਦਿੰਦੇ ਹੋਏ ਉੱਚੀ ਆਵਾਜ਼ ਨਾਲ ਕਿਹਾ, ਤੁਸੀਂ ਮੈਨੂੰ ਜਾਣਦੇ ਹੋ ਅਤੇ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਦਾ ਹਾਂ, ਪਰ ਮੈਂ ਅਬੇ ਨਹੀਂ ਆਇਆ ਹਾਂ। ਜਿਸਨੇ ਮੈਨੂੰ ਕੱਲਿਆ ਹੈ ਉਹ ਸੱਚਾ ਹੈ ਅਤੇ ਉਸਨੂੰ ਤੁਸੀਂ ਨਹੀਂ ਜਾਣਦੇ। ਮੈਂ ਉਸਨੂੰ ਜਾਣਦਾ ਹਾਂ ਕਿਉਂਕਿ ਮੈਂ ਉਸ ਕੋਲੋਂ ਆਇਆ ਹਾਂ ਅਤੇ ਉਸਨੇ ਮੈਨੂੰ ਕੱਲਿਆ ਹੈ। ਇਸ ਲਈ ਉਹਨਾਂ ਨੇ ਉਸਨੂੰ ਗ੍ਰਿਫਤਾਰ ਕਰਨਾ ਚਾਹਿਆ, ਪਰੰਤੂ ਕਿਸੇ ਨੇ ਵੀ ਉਸਨੂੰ ਹੱਥ ਨਾ ਪਾਇਆ ਕਿਉਂਕਿ ਅਜੇ ਉਸਦਾ ਸਮਾਂ ਨਹੀਂ ਆਇਆ ਸੀ। ਇਹ ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਉਸ ਵਿੱਚ ਮੇਰੇ ਪਿਆਰਿਓ, ਇੱਕ ਲਿਖਿਤਕਾਰ ਰੋਬਰਟ ਲੂਇਸ ਸਟੀਵਨਸਨ ਇਸ ਤਰ੍ਹਾਂ ਕਹਿੰਦਾ ਹੈ, ਤੁਹਾਡਾ ਡਰ ਤੁਹਾਡੇ ਨਾਲ ਹੀ ਰੱਖੋ, ਤੁਹਾਡਾ ਦਲੇਰ ਦੂਜਿਆਂ ਨੂੰ ਸਾਂਝਾ ਕਰੋ। ਅਸੀਂ ਇਹ ਰੋਜ਼ਾ ਦਾ ਸਮਾਂ ਵਿੱਚ ਪ੍ਰਭੂ ਦੀ ਦੁੱਖ ਤਸੀਆਂ ਨੂੰ ਮਨਨ ਚਿੰਤਨ ਕਰਨ ਦਾ ਸਮਾਂ, ਅਸੀਂ ਸਾਡੇ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖ ਤਸੀਆਂ ਨੂੰ ਵੇਖ ਕੇ ਅਸੀਂ ਡਰ ਜਾਂਦੇ ਹਾਂ। ਭਾਵੇਂ ਪ੍ਰਭੂ ਯੇਸੂ ਮਸੀਹ ਵੀ ਆਪਣੇ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖ ਤਸੀਆਂ ਨੂੰ ਵੇਖ ਕੇ ਡਰ ਨੂੰ ਮਹਿਸੂਸ ਕੀਤੇ ਹੋਣਗੇ, ਲੇਕਿਨ ਕਦੇ ਵੀ ਪ੍ਰਭੂ ਯੇਸੂ ਮਸੀਹ ਨੇ ਉਹਨਾਂ ਦੇ ਡਰ ਨੂੰ ਬਾਹਰ ਤੌਰ 'ਤੇ ਪ੍ਰਗਟ ਕੀਤਾ ਨਹੀਂ, ਲੇਕਿਨ ਪੂਰੇ ਅਧਿਕਾਰ ਨਾਲ ਪੂਰੇ ਦਲੇਰ ਦਿਲ ਨਾਲ ਉਹ ਪ੍ਰਚਾਰ ਕਰਦਾ ਰਿਹਾ ਸੀ। ਅੱਜ ਵੀ ਅਸੀਂ ਵੇਖਦੇ ਹਾਂ, ਅੱਜ ਦੀ ਅੰਸ਼ੀਲ ਵਿੱਚ ਪ੍ਰਭੂ ਯੇਸੂ ਮਸੀਹ ਨੇ ਯੂਹੰਨਾ ਦੀ ਅੰਸ਼ੀਲ ਉਹਦਾ 7:28 ਆਇਤ ਵਿੱਚ ਅਸੀਂ ਵੇਖਦੇ ਹਾਂ, ਪ੍ਰਭੂ ਯੇਸੂ ਮਸੀਹ ਹੇਕਲ ਵਿੱਚ ਪੂਰੇ ਜੋਸ਼ ਨਾਲ ਅਧਿਕਾਰ ਨਾਲ ਉੱਚੀ ਆਵਾਜ਼ ਨਾਲ ਇਸ ਤਰ੍ਹਾਂ ਕਹਿੰਦਾ ਹੈ, ਤੁਸੀਂ ਮੈਨੂੰ ਜਾਣਦੇ ਹੋ ਅਤੇ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਦਾ ਹਾਂ। ਪ੍ਰਭੂ ਅੱਜ ਅਸਾਂ ਸਾਰਿਆਂ ਨੂੰ ਵੀ ਇਹ ਸਵਾਲ ਪੁੱਛਦਾ ਹੈ ਅਤੇ ਅਸੀਂ ਸਾਡੇ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਇਹ ਸਵਾਲ ਪੁੱਛਣਾ ਹੈ, ਮੇਰੇ ਲਈ ਅਤੇ ਤੁਹਾਡੇ ਲਈ ਪ੍ਰਭੂ ਯੇਸੂ ਮਸੀਹ ਕੌਣ ਹੈ? ਪ੍ਰਭੂ ਯੇਸੂ ਮਸੀਹ ਸਾਡੇ ਜ਼ਿੰਦਗੀ ਵਿੱਚ ਕਿਹੜੀ ਰੋਲ ਪਲੇ ਕਰਦਾ ਹੈ? ਕਿਸ ਤਰ੍ਹਾਂ ਪ੍ਰਭੂ ਯੇਸੂ ਮਸੀਹ ਸਾਡੇ ਜ਼ਿੰਦਗੀ ਨੂੰ ਪ੍ਰੇਰਨ ਦਿੰਦਾ ਹੈ? ਅਸੀਂ ਜਾਣਦੇ ਹਾਂ ਪ੍ਰਭੂ ਯੇਸੂ ਮਸੀਹ ਕਿੱਥੋਂ ਦਾ ਹੈ, ਅਤੇ ਅਸੀਂ ਇਹ ਵੀ ਅਸੀਂ ਜਾਣਦੇ ਹਾਂ ਅਸੀਂ ਉਹਦੇ ਕੋਲੋਂ ਆਇਆ ਹੈ, ਅਤੇ ਸਾਡਾ ਵਿਸ਼ਵਾਸ ਅਤੇ ਉਮੀਦ ਹੈ ਜਿੱਥੋਂ ਅਸੀਂ ਆਇਆ ਹੈ ਉੱਤੋਂ ਹੀ ਅਸੀਂ ਵਾਪਸ ਜਾਣਾ ਹੈ, ਜਿੱਥੇ ਹੁਣ ਪ੍ਰਭੂ ਯੇਸੂ ਮਸੀਹ ਨੇ। ਅਤੇ ਸਪਿਰਚੁਅਲ ਰਾਈਟਰਸ ਇਸ ਤਰ੍ਹਾਂ ਕਹਿੰਦਾ ਹੈ,
ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਨੂੰ ਪ੍ਰਭੂ ਅਤੇ ਗੁਰੂ ਵਾਂਗ ਮੰਨਦੇ ਨੇ ਉਹਨਾਂ ਦੇ ਲਈ ਪ੍ਰਭੂ ਯਿਸੂ ਮਸੀਹ ਦੋ ਵਾਅਦਾਵਾਂ ਨੂੰ ਦਿੰਦਾ ਹੈ। ਇਹ ਪਹਿਲਾ ਵਾਅਦਾ ਇਹ ਹੈ, ਜਿਹੜੇ ਲੋਕ ਯਿਸੂ ਮਸੀਹ ਨੂੰ ਪ੍ਰਭੂ ਅਤੇ ਗੁਰੂ ਵਾਂਗ ਮੰਨਦਾ ਹੈ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹੈ। ਇਹ ਅਨੰਤ ਜੀਵਨ ਹਮੇਸ਼ਾ ਦੇ ਲਈ ਹੈ। ਉਹ ਅਨੰਤ ਜੀਵਨ ਦੇ ਲਈ ਕੋਈ ਵੀ ਅੰਤ ਨਹੀਂ ਹੁੰਦੀ ਹੈ। ਭਾਵੇਂ ਸਰੀਰਕ ਤੌਰ 'ਤੇ ਅੰਤ ਹੁੰਦੇ ਨੇ, ਲੇਕਿਨ ਆਤਮਿਕ ਤੌਰ 'ਤੇ ਅੰਤ ਕਦੀ ਨਹੀਂ ਹੈ। ਭਾਵੇਂ ਮੌਤ ਇਸ ਧਰਤੀ ਦੀ ਜ਼ਿੰਦਗੀ ਦੇ ਲਈ ਅੰਤ ਹੋ ਸਕਦਾ ਹੈ, ਉਹ ਮੌਤ ਸਿਰਫ ਸਰੀਰਕ ਤੌਰ 'ਤੇ ਅੰਤ ਹੋ ਸਕਦਾ ਹੈ, ਲੇਕਿਨ ਆਤਮਿਕ ਤੌਰ 'ਤੇ ਉਹ ਮੌਤ ਇੱਕ ਨਵੀਂ ਸ਼ੁਰੂਆਤ ਨੇ, ਇੱਕ ਨਿਊ ਬਿਗਨਿੰਗ ਹੈ। ਉਹ ਨਿਊ ਬਿਗਨਿੰਗ ਅਸੀਂ ਪ੍ਰਭੂ ਯਿਸੂ ਮਸੀਹ ਦੀ ਪੁਨਰੁਤਾਨ ਵਿੱਚ ਅਸੀਂ ਸ਼ਾਮਿਲ ਬਣਦੇ ਹੋਏ ਪ੍ਰਭੂ ਦੀ ਖੁਸ਼ੀ ਮਨਾਉਣ ਦੇ ਲਈ ਪ੍ਰਭੂ ਸਾਨੂੰ ਇੱਕ ਪਹਿਲਾ ਵਾਅਦਾ ਦਿੰਦਾ ਹੈ। ਦੂਜਾ ਵਾਅਦਾ ਇਹ ਹੈ, ਜਿਹੜੇ ਲੋਕ ਪ੍ਰਭੂ ਨੂੰ ਪ੍ਰਭੂ ਯਿਸੂ ਮਸੀਹ ਨੂੰ ਮਸੀਹ ਅਤੇ ਗੁਰੂ ਵਾਂਗ ਮੰਨਦਾ ਹੈ ਉਹਨਾਂ ਦੇ ਲਈ ਇੱਕ ਸੁਰੱਖਿਅਤ ਜ਼ਿੰਦਗੀ ਦਿੰਦਾ ਹੈ, ਹਮੇਸ਼ਾ ਉਹਨਾਂ ਨੂੰ ਬਚਾਉਂਦਾ ਹੈ, ਉਹਨਾਂ ਦੇ ਲਈ ਕੋਈ ਵੀ ਖਤਰਾ ਆਨੇ ਨਹੀਂ ਦੇਣਗੇ। ਅਸੀਂ ਸੋਚ ਸਕਦਾ ਹੈ ਪ੍ਰਭੂ ਸਾਡੇ ਲਈ ਸੁਰੱਖਿਅਤ ਜ਼ਿੰਦਗੀ ਦੇਣ ਦਾ ਸਮਾਂ ਕਿਉਂ ਸਾਡੇ ਲਈ ਦੁੱਖ ਹਨ, ਮੁਸੀਬਤ ਹਨ ਅਤੇ ਪਰੇਸ਼ਾਨੀਆਂ ਹਨ, ਲੇਕਿਨ ਨਾ ਦੁੱਖ ਮੁਸੀਬਤਾਂ ਵਿੱਚ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਰਹਿੰਦਾ ਹੈ, ਸਾਡੇ ਲਈ ਸ਼ਕਤੀ ਅਤੇ ਬਲ ਦਿੰਦਾ ਹੈ। ਉਹਨਾਂ ਦੇ ਸ਼ਕਤੀ ਅਤੇ ਬਲ ਦੇ ਰਾਹੀਂ ਸਾਡੇ ਜ਼ਿੰਦਗੀ ਵਿੱਚ ਆਉਣ ਵਾਲੇ ਸਾਰੇ ਦੁੱਖ ਤਸੀਆਂ ਨੂੰ ਭਾਰੀ ਪੋਚ ਦੇ ਵਾਂਗ ਚੁੱਕਦੇ ਹੋਏ ਅਸੀਂ ਚੱਲਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਇਹ ਰੋਜ਼ ਦਾ ਸਮਾਂ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੇ ਦੁੱਖ ਤਸੀਆਂ ਨੂੰ ਮਨਨ ਚਿੰਤਨ ਕਰਦੇ ਹਾਂ, ਪ੍ਰਭੂ ਯਿਸੂ ਮਸੀਹ ਵੀ ਸਾਡੇ ਪਿਆਰ ਦੇ ਲਈ, ਸਾਡੇ ਅਨੰਤ ਜ਼ਿੰਦਗੀ ਦੇ ਲਈ, ਸਾਡੇ ਖੁਸ਼ੀ ਦੇ ਲਈ ਦੁੱਖ ਤਸੀਆਂ ਨੂੰ ਚੱਲਿਆ ਅਤੇ ਮਹਿਮਾਮਈ ਜ਼ਿੰਦਗੀ ਨੂੰ ਸਾਡੇ ਲਈ ਵਾਅਦਾ ਕੀਤਾ ਹੈ। ਪ੍ਰਭੂ ਸਾਡੇ ਲਈ ਹਮੇਸ਼ਾ ਦੇ ਲਈ ਜ਼ਿੰਦਗੀ ਦਿੰਦਾ ਹੈ। ਸਿਰਫ ਅਸੀਂ ਇੱਕ ਧਾਰਮਿਕ ਜ਼ਿੰਦਗੀ, ਵਿਸ਼ਵਾਸੀ ਜ਼ਿੰਦਗੀ ਨੂੰ, ਧਰਮੀ ਇਨਸਾਨ ਬਣਦੇ ਹੋਏ ਖੁਦਾ ਦੀ ਨਾਲ ਉਹਨਾਂ ਦੀ ਸ਼ਕਤੀ ਨੂੰ ਅਸੀਂ ਅਨੁਭਵ ਕਰਦੇ ਹੋਏ ਦੁੱਖ ਤਸੀਆਂ ਨੂੰ ਚੱਲਣ ਦਾ ਸਮਾਂ ਪ੍ਰਭੂ ਸਾਨੂੰ ਖੁਸ਼ੀ ਦਾ ਜ਼ਿੰਦਗੀ ਨੂੰ ਦਿੰਦਾ ਹੈ। ਅਸੀਂ ਇਹਨਾਂ ਦੁੱਖ ਤਸੀਆਂ ਨੂੰ ਵੇਖ ਕੇ ਅਸੀਂ ਸਾਡੇ ਕਦਮਾਂ ਨੂੰ ਪੀਚੇ ਨਾ ਚੁੱਕੀਏ, ਲੇਕਿਨ ਅਸੀਂ ਪੂਰੇ ਦਲੇਰ ਦਿਲ ਨਾਲ ਸਾਡੇ ਡਰ ਨੂੰ ਸਾਡੇ ਦਿਲਾਂ ਵਿੱਚ ਰੱਖ ਕੇ ਪ੍ਰਭੂ ਉੱਤੇ, ਉਹਨਾਂ ਦੀ ਕਿਰਪਾ ਅਤੇ ਬਲ ਉੱਤੇ ਅਸੀਂ ਭਰੋਸਾ ਰੱਖਦੇ ਹੋਏ ਅੱਗੇ ਕਦਮ ਚੁੱਕੀਏ ਅਤੇ ਪ੍ਰਭੂ ਦੀ ਮਹਿਮਾ ਵਿੱਚ ਅਸੀਂ ਸ਼ਾਮਿਲ ਬਣੀਏ। ਆਓ ਮਸ ਵਿੱਚ ਮੇਰੇ ਪਿਆਰਿਓ, ਅਸੀਂ ਸ਼ਕਤੀ ਨੂੰ ਹਾਸਲ ਕਰਨ ਦੇ ਲਈ ਪ੍ਰਭੂ ਸਾਡੇ ਲਈ ਉਹਨਾਂ ਦੇ ਬਦਨ ਅਤੇ ਲਾਗੂ ਨੂੰ ਸਾਨੂੰ ਦਿੱਤਾ ਹੈ। ਪ੍ਰਭੂ ਯਿਸੂ ਮਸੀਹ ਦੀ ਬਦਨ ਅਤੇ ਲਾਗੂ ਨੂੰ ਸਵੀਕਾਰ ਕਰਦੇ ਹੋਏ ਅਸੀਂ ਹਮੇਸ਼ਾ ਦੇ ਲਈ ਜ਼ਿੰਦਗੀ ਨੂੰ ਹਾਸਲ ਕਰ ਸਕਦਾ ਹੈ ਅਤੇ ਉਹਨਾਂ ਦੇ ਬਲ ਸਾਡੇ ਲਈ ਕਾਫੀ ਹੈ ਤਾਂ ਜੋ ਅਸੀਂ ਇਹਨਾਂ ਦੁੱਖ ਤਸੀਆਂ ਨੂੰ ਚੱਲ ਸਕਦੇ ਹਾਂ।
ਅਤੇ ਪ੍ਰਭੂ ਦੀ ਮਹਿਮਾ ਵਿੱਚ ਅਸੀਂ ਸ਼ਾਮਿਲ ਹੁੰਦੇ ਹੋਏ ਹਮੇਸ਼ਾ ਦੇ ਲਈ ਖੁਸ਼ੀ ਅਤੇ ਬਰਕਤ ਨੂੰ ਅਨੁਭਵ ਕਰ ਸਕਦੇ ਹਾਂ। ਆਓ ਮਸੀਹ ਵਿੱਚ ਮੇਰੇ ਪਿਆਰਿਓ, ਇਸ ਕੁਰਬਾਨੀ ਵਿੱਚ ਆਪਣੇ ਆਪ ਨੂੰ, ਆਪਣੇ ਸਾਰੀਆਂ ਦੁੱਖ ਤਸੀਆਂ ਨੂੰ ਪ੍ਰਭੂ ਦੇ ਬਦਨ ਅਤੇ ਲਘੂ ਦੇ ਨਾਲ ਸਮਰਪਣ ਕਰਦੇ ਹੋਏ ਖੁਦਾ ਦੀ ਸ਼ਕਤੀ ਅਤੇ ਬਰਕਤ ਮੰਗੀਏ। तन मन ते तन सब है तेरा, करो कबूल चढ़ावा फेरा। तन मन ते तन सब है तेरा, करो कबूल चढ़ावा मेरा। जो कुछ है मेरा सब है तेरा, करो कबूल चढ़ावा मेरा। जो कुछ है मेरा सब है तेरा, करो कबूल चढ़ावा मेरा। तन मन ते तन सब है तेरा, करो कबूल चढ़ावा मेरा। ਪ੍ਰਭੂ ਤੇ ਪੈਣੋ ਪ੍ਰਾਰਥਨਾ ਕਰੋ ਕਿ ਮੇਰੇ ਤੇ ਤੁਹਾਡੀ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਇੱਜ਼ਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਪੂਰੀ ਕੁਦਰਤ ਵਾਲੇ ਖੁਦਾ, ਇਹ ਕੁਰਬਾਨੀ ਆਪਣੀ ਅਸੀਮ ਸ਼ਕਤੀ ਨਾਲ ਸਾਡੀ ਇਨਸਾਨੀ ਕਮਜ਼ੋਰੀ ਨੂੰ ਗੁਨਾਹ ਦੇ ਜ਼ਖਮਾਂ ਤੋਂ ਚੰਗਾ ਕਰੇ, ਸਾਨੂੰ ਸ਼ੁੱਧ ਕਰੇ ਅਤੇ ਸਾਨੂੰ ਤੇਰੀ ਰੱਖਿਆ ਪ੍ਰਦਾਨ ਕਰੇ।
ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੇਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ, ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ, ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਤਾਂ ਇਸ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੋ ਸਾਡੇ ਤੋਂ ਮੰਗ ਕਰਦਾ ਹੈ ਕਿ ਅਸੀਂ ਆਤਮਾ ਤਿਆਗ ਨਾਲ ਤੇਰਾ ਧੰਨਵਾਦ ਕਰੀਏ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਾਪੀ ਸੁਭਾਅ ਨੂੰ ਕਾਬੂ ਵਿੱਚ ਰੱਖੀਏ ਅਤੇ ਗੁਮੰਡ ਉੱਤੇ ਜੀਤ ਪਾਈਏ। ਤੇਰੇ ਵੱਲੋਂ ਸਾਨੂੰ ਦਿੱਤੇ ਗਏ ਪਿਆਰ ਅਤੇ ਦਇਆ ਨੂੰ ਅਸੀਂ ਲੋੜਵੰਦ ਦੇ ਪ੍ਰਤੀ ਪੁੰਨਦਾਨ ਕਰਨ ਨਾਲ ਵਿਕਾਈਏ। ਇਸ ਲਈ ਹੁਣ ਅਸੀਂ ਸੰਤਾਂ ਅਤੇ ਫਰਿਸ਼ਤਿਆਂ ਦੇ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਇਹ ਪ੍ਰਭੂ ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰਲ ਪੈਂਦੇ ਹੈ ਉਸੇ ਤਰ੍ਹਾਂ ਆਪਣੇ ਰੂਪਾਕ ਨੂੰ ਭੇਜ ਕੇ ਨਾ ਨਜ਼ਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦੇ ਆ ਰੋਟੀ ਤੋੜੀ ਅਤੇ ਆਪਣੇ ਛੇਲਿਆਂ ਨੂੰ ਦਿੱਤੇ ਕਹਿੰਦੇ ਹੋਏ, ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਕਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਛੇਲਿਆਂ ਨੂੰ ਦਿੱਤਾ ਏ ਕਹਿੰਦੇ ਹੋਏ, ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਪੀਵੋ, ਕਿਉਂ ਜੋ ਇਹ ਮੇਰਾ ਲਹੂ ਦਾ ਪਿਆਲਾ ਹੈ ਨਵੇਂ ਅਤੇ ਸਦੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਿਰਿਆ ਕਰੋ। ਇਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਹ ਪ੍ਰਭੂ, ਅਸੀਂ ਇਸ ਮਸੀਹ ਦੀ ਮੌਤ ਨੂੰ ਅਤੇ ਉਸਦੇ ਜੀਵਨ ਦੀ ਯਾਦਗਾਰੀ ਨੂੰ ਮਨਾਉਂਦੇ ਹਾਂ, ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਘੂ ਵਿੱਚ ਹਿੱਸਾ ਲੈਣ ਦੁਆਰਾ
ਅਸੀਂ ਰੂਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਇਹ ਪ੍ਰਭੂ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਆਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਤੈਨੂੰ ਕੁਵਾਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਵਾਰੀ ਦੇ ਮੁਬਾਰਕ ਵਰਸਨ ਦੀ ਯੂਸਫ ਦੇ ਨਾਲ, ਤੈਨੂੰ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀ ਵਿੱਚ ਜੀਵਨ ਦੇ ਵਾਰਸ ਹੋਣ ਦਾ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਇਸ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਵਿਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕਰ, ਆਮੀਨ। ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ। ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਪ੍ਰਭ ਯੇਸੂ ਨੇ ਸਾਨੂੰ ਸਿਖਾਇਆ ਹੈ, ਇਹ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ, ਸਾਡੇ ਰੋਜ਼ ਰੋਟੀ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਇਹ ਪ੍ਰਭ ਯੇਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ, ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੀ ਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ, ਤੂੰ ਜੋ ਜੀਵਨ ਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ, ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਅਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਅਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਅਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਧੰਨ ਹਨ ਵੋ ਜਿਹੜੇ ਲੇਲੇ ਦੇ ਪੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਦਾ ਨਹੀਂ ਹਾਂ ਕਿ ਤੂੰ ਮੇਰੀ ਛਾਤ ਥੱਲੇ ਆਵੇਂ, ਪਰ ਕਿ ਸ਼ਬਦ ਆਗ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਮਸੀਹ ਦਾ ਬਦਨ ਅਤੇ ਲਹੂ ਸਾਨੂੰ ਸਦੀ ਵੀ ਜੀਵਨ ਲਈ ਸੰਭਾਲੇ ਰੱਖੇ, ਆਮੀਨ।
जाओ ना बोझ उठाओ प्यारा मसीहा लवे ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ ਇਹ ਸਾਕਰਮੈਂਟ ਸਾਡੇ ਲਈ ਪੁਰਾਣੇ ਨਿਯਮ ਤੋਂ ਨਵੇਂ ਨਿਯਮ ਵੱਲ ਲੰਘ ਜਾਣ ਦਾ ਨਿਸ਼ਾਨ ਹੈ। ਬਖਸ਼ ਦੇ ਕਿ ਅਸੀਂ ਵੀ ਪੁਰਾਣੀਆਂ ਆਦਤਾਂ ਨੂੰ ਪੀਚੇ ਛੱਡ ਕੇ ਪੱਕੀ ਜਾਹੀ ਵਿੱਚ ਨਵੇਂ ਕੀਤੇ ਹੋਏ ਮਸੀਹ ਨੂੰ ਧਾਰਨ ਕਰ ਸਕੀਏ, ਉਹ ਜੋ ਜੀਵਨ ਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੇਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੇਨ। ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਆਏ ਨਹਾਇਤ ਮਿਹਰਬਾਨ ਕੁਆਰੀ ਮਰੀਮ, ਪਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ ਤੇਰੀ ਮਦਦ ਚਾਹੁੰਦਿਆਂ ਤੇਰੀ ਸਿਫਾਰਿਸ਼ ਮੰਗਦਿਆਂ ਤੇ ਤੂੰ ਗਾਲੀ ਗਿਆ ਹੋਵੇ। ਆਏ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹ ਹੀ ਰੋਂਦਾ ਹਾਂ। ਅਜੇ ਤਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾ ਨੂੰ ਹਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੇਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਸੰਤਨੀ ਤੇਰੇਸਾ, ਸਾਡੇ ਲਈ ਦੁਆ ਕਰ। ਸਾਰੇ ਸੰਤੋ ਅਤੇ ਫਰਿਸ਼ਤਿਓ, ਸਾਡੇ ਲਈ ਦੁਆ ਕਰੋ। ਮਰੀਮ ਤੂੰ ਉੱਚੀਆਂ ਸ਼ਾਨਾਂ
ਸੁੱਚੇ ਫੁੱਲਾਂ ਦੀ ਡਾਲੀ ਤੂੰ ਤਨ ਹੈ ਸਾਰੀਆਂ ਔਰਤਾਂ ਚੋਂ ਤੂੰ ਸੁੱਚੇ ਫੁੱਲਾਂ ਦੀ ਡਾਲੀ ਰੱਬ ਨੇ